हेलो हेलो। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਪੈਕਸ ਅਕੈਡਮੀ ਦੇ ਯੂਟਿਊਬ ਚੈਨਲ ਤੇ। ਸਟੂਡੈਂਟ, ਤੁਹਾਡੀ ਕਲਾਸ ਜਿਹੜੀ ਹੈਗੀ ਆ ਪੰਜਾਬੀ ਦੀ, ਉਹ ਸਟਾਰਟ ਹੋ ਚੁੱਕੀ ਹੈ ਰਾਜੇ। ਆਪਾਂ ਜਿਹੜੀ ਕਲਾਸ, ਜਿੱਦਾਂ ਕਿ ਤੁਸੀਂ ਡੇਲੀ ਕਲਾਸਿਸ ਨੂੰ ਅਟੈਂਡ ਕਰਦੇ ਹੋ, ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਰਾਈਟਰ ਜਿਹੜੇ ਹੈਗੇ ਨੇ ਜਾਂ ਪੋਇਟ ਨੇ ਜਿਹੜੇ ਪੰਜਾਬ ਦੇ, ਉਹਨਾਂ ਨੂੰ ਆਪਾਂ ਡਿਸਕਸ ਕਰ ਰਹੇ ਹਾਂ 9ਵੀਂ 10ਵੀਂ ਦੇ ਵਿੱਚ, ਜਿਹੜੀਆਂ ਤੁਹਾਡਾ ਸਿਲੇਬਸ ਹੈ ਉਹਦੇ ਉਹਨੂੰ ਆਧਾਰ ਬਣਾ ਕੇ। ਤੇ ਅੱਜ ਦੀ ਜਿਹੜੀ ਕਲਾਸ ਹੈ ਉਹਦੇ ਵਿੱਚ ਆਪਾਂ ਕਹਾਣੀ ਭਾਗ ਡਿਸਕਸ ਕਰਾਂਗੇ, ਕਹਾਣੀਕਾਰ ਡਿਸਕਸ ਕਰਾਂਗੇ। ਤੇ ਅੱਜ ਦੇ ਜਿਹੜੇ ਆਪਣੇ ਕਹਾਣੀਕਾਰ ਨੇ ਉਹ ਹੈਗੇ ਨੇ ਪ੍ਰਿੰਸੀਪਲ ਸੁਜਾਨ ਸਿੰਘ। ਇਹਨਾਂ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਤੇ ਨਾਲ ਹੀ ਫਿਰ ਜਿਹੜੀਆਂ ਹੈਗੀਆਂ ਨੇ ਇਹਨਾਂ ਦੀਆਂ ਰਚਨਾਵਾਂ ਦੀ ਜਾਂ ਕੰਟਰੀਬਿਊਸ਼ਨ ਦੀ, ਸਿੱਖ ਇਤਿਹਾਸ ਨੂੰ ਕੀ, ਸਿੱਖ ਇਤਿਹਾਸ ਨੂੰ, ਸਿੱਖ ਸਾਹਿਤ ਨੂੰ ਕੀ ਦੇਣ ਹੈ ਇਹਨਾਂ ਦੀ, ਇਹ ਆਪਾਂ ਦੇਖਾਂਗੇ ਅੱਜ ਦੀ ਕਲਾਸ ਦੇ ਵਿੱਚ। ਸੋ ਦੇਖਦੇ ਹਾਂ ਸਕਰੀਨ ਤੇ ਪਹਿਲਾਂ ਇਹਨਾਂ ਦੀ ਜੀਵਨੀ। ਜਨਮ ਜਿਹੜਾ ਹੈਗਾ ਸੀਗਾ ਇਹਨਾਂ ਦਾ 1909 ਦੇ ਵਿੱਚ ਹੋਇਆ ਸੀ, 29 ਜੁਲਾਈ ਨੂੰ। ਤੇ ਇਹ ਜਿਹੜੇ ਹੈਗੇ ਨੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਾਲੀ ਸਾਈਡ ਦੇ ਵਿੱਚ ਨਾਲ ਸੰਬੰਧਿਤ ਨੇ। ਔਰ ਮਾਤਾ ਜਿਹੜੇ ਹੈਗੇ ਨੇ ਹਕੀਮ ਸਿੰਘ, ਮਾਤਾ ਪਿਤਾ ਜਮੁਨਾ ਦੇਵੀ, ਠੀਕ ਹੈ। ਤੇ ਜਦੋਂ ਕਹਿੰਦੇ ਛੋਟੇ ਸੀਗੇ ਇਹ ਬਚਪਨ ਦੇ ਵਿੱਚ, ਨਾਨਾ ਜੀ ਦੇ ਘਰ ਕੋਈ ਬੱਚਾ ਨਹੀਂ ਸੀਗਾ, ਪੁੱਤਰ ਨਹੀਂ ਸੀਗਾ, ਤੇ ਇਹਨਾਂ ਨੂੰ ਫਿਰ ਲੈ ਲਏ ਸੀਗੇ, ਗੋਦ ਲੈ ਲਿਆ ਸੀ, ਠੀਕ ਹੈ। ਤੇ ਇਹ ਫਿਰ ਆਪਣਾ ਇਹਨਾਂ ਦਾ ਜਿਹੜਾ ਬਚਪਨ ਆ ਉਹ ਆਪਣੇ ਨਾਨਕਿਆਂ ਦੇ ਕੋਲ ਬੀਤਿਆ ਸੀ। ਤੇ ਉੱਥੇ ਇਹਨੇ ਨਾਨਾ ਜੀ ਕਲਕੱਤੇ ਦੇ ਵਿੱਚ ਠੇਕੇਦਾਰ ਸੀਗੇ ਲੱਗੇ ਹੋਏ, ਤੋ ਕਲਕੱਤੇ ਦੇ ਵਿੱਚ ਇਹਨਾਂ ਦਾ ਅਰਲੀ ਬਚਪਨ ਬੀਤਿਆ। ਉੱਥੇ ਜਦੋਂ ਰਹਿੰਦੇ ਸੀਗੇ ਤਾਂ ਟੈਗੋਰ ਦੇ ਜਿਹੜਾ ਹੈਗਾ, ਕਿਉਂਕਿ ਬੰਗਾਲ ਦੇ ਵਿੱਚ ਸੀਗਾ ਕਲਕੱਤਾ, ਤੇ ਉੱਥੋਂ ਦੀ ਬੋਲੀ ਦਾ ਪ੍ਰਭਾਵ ਵੀ ਪਿਆ ਜਿਹੜਾ ਉਹਦੇ ਤੇ ਸੁਜਾਨ ਸਿੰਘ ਤੇ। ਟੈਗੋਰ ਦੀ ਲਾਈਫ ਦਾ ਵੀ ਦੇਖਿਆ ਇਹਨਾਂ ਨੇ। ਆਪ ਜੀ ਨੇ ਗੁਦਾਮ ਕੀਪਰੀ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਨੌਕਰੀ ਦਾ ਸਫ਼ਰ ਜਾਰੀ ਕੀਤਾ। ਔਰ ਸਾਹਿਤਿਕ ਅਕਾਡਮੀ ਪੁਰਸਕਾਰ ਜਿਹੜਾ ਹੈਗਾ ਇਹਨਾਂ ਨੂੰ 1986 ਦੇ ਵਿੱਚ ਮਿਲਿਆ। ਭਾਸ਼ਾ ਵਿਭਾਗ ਵਿੱਚੋਂ ਸਭ ਤੋਂ ਵਧੀਆ ਕਹਾਣੀਕਾਰ ਦਾ ਖਿਤਾਬ ਵੀ ਮਿਲਿਆ, ਕਹਾਣੀ ਸ਼ਹਿਰ ਤੇ ਗ੍ਰਾਂ ਦੇ ਲਈ, ਠੀਕ ਹੈ। ਤੇ ਇਹਨਾਂ ਦਾ ਜਿਹੜਾ ਹੈਗਾ ਸੀਗਾ ਸੋ ਅੱਗੇ ਦੇਖਦੇ ਆ ਇਹਨਾਂ ਦੇ ਜੀਵਨ ਦੇ ਹੋਰ ਪੜਾ। ਇਹਨਾਂ ਨੂੰ ਜਿਹੜਾ ਹੈਗਾ ਪ੍ਰਗਤੀਵਾਦੀ ਧਾਰਾ ਦੇ ਕਹਾਣੀਕਾਰ ਕਿਹਾ ਜਾਂਦਾ ਹੈ, ਮੈਂ ਜਿਹੜੇ ਅੱਗੇ ਦੇ ਲਈ ਸੋਚਦੇ ਨੇ। ਇਹਨਾਂ ਦੀਆਂ ਕਹਾਣੀਆਂ ਨੂੰ ਜੀਵਨ ਅਤੇ ਸਮਾਜ ਦੇ ਵਿਰੁੱਧ ਸ਼ਿਕਾਇਤ ਕਿਹਾ ਜਾਂਦਾ ਹੈ। ਇਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਸਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਸ਼ਿਕਾਇਤ ਜਿਹੜੀ ਹੈਗੀ ਆ ਉਹ ਸਮਾਜ ਪ੍ਰਤੀ ਜਾਂ ਜੀਵਨ ਪ੍ਰਤੀ ਇਹ ਪੜ੍ਹ ਕੇ ਲੱਗਦੀ ਹੈ। ਮਾਰਕਸਵਾਦ ਦਾ ਪ੍ਰਭਾਵ ਕਬੂਲਿਆ, ਮੁੱਢਲੀ ਸਿੱਖਿਆ ਬਾਲਮਕੰਦ ਕਤਰੀ ਮਿਡਲ ਸਕੂਲ ਤੇ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਵੀ ਕੀਤੀ ਸੀਗੀ ਇਹਨਾਂ ਨੇ ਪਾਸ, ਕਿਉਂਕਿ ਉਸ ਤੋਂ ਬਾਅਦ ਫਿਰ ਇਹ ਜਿਹੜਾ ਹੈਗਾ ਕਲਕੱਤੇ ਤੋਂ ਵਾਪਸ ਅੰਮ੍ਰਿਤਸਰ ਆ ਗਏ ਸੀਗੇ। ਵਿਦਿਅਕ ਯੋਗਤਾ ਐਮਏ ਜਿਹੜੀ ਹੈਗੀ ਇਹਨਾਂ ਨੇ ਕੀਤੀ, ਬੀਟੀ ਗਿਆਨੀ ਦੀ ਡਿਗਰੀ ਕੀਤੀ, ਅਧਿਆਪਕ ਪ੍ਰੋਫੈਸਰ ਤੇ ਫਿਰ ਪ੍ਰਿੰਸੀਪਲ ਇਹ ਰਹੇ ਨੇ। ਆਪਣੀਆਂ ਕਹਾਣੀਆਂ ਵਿੱਚ ਸਮਾਜਿਕ ਦੁੱਖ ਦਰਦ ਦੇ ਨਾਲ ਭਰਪੂਰ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਉਸ ਟਾਈਮ ਦਾ ਜਿਹੜਾ ਸਮਾਜ ਦਾ ਦੁੱਖ ਹੈ, ਦਰਦ ਹੈ, ਉਹਨਾਂ ਨੂੰ ਬਿਆਨ ਇਹਨਾਂ ਦੀਆਂ ਕਹਾਣੀਆਂ ਕਰਦੀਆਂ ਸੀਗੀਆਂ, ਠੀਕ ਹੈ। ਨਾਲ ਹੀ ਗਰੀਬ ਹੋ ਗਏ, ਮਜ਼ਦੂਰ ਹੋ ਗਏ, ਇਸਤਰੀਆਂ ਦੀਆਂ ਜਿਹੜੀ ਪ੍ਰੋਬਲਮਸ ਹੁੰਦੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਆਪਣੀਆਂ ਕਹਾਣੀਆਂ ਲਿਖੀਆਂ ਨੇ। ਇਹਨਾਂ ਦੇ ਜਿਹੜੇ ਪਾਤਰ ਹੁੰਦੇ ਸੀਗੇ ਨਾ, ਉਹ ਲੋਅਰ ਲੈਵਲ ਦੇ ਜਿਹੜੇ ਹੈਗੇ ਨੇ ਜਾਂ ਆਮ ਵਰਗ ਦੇ ਲੋਕ, ਸਧਾਰਨ ਮਿਡਲ ਫੈਮਿਲੀ ਦੇ ਲੋਕ ਹੁੰਦੇ ਸੀਗੇ, ਠੀਕ ਹੈ। ਇਦਾਂ ਦੀ ਕਹਾਣੀਆਂ ਦੇ ਇਹਨਾਂ ਦੇ ਪਾਤਰ ਸੀਗੇ। ਕਹਾਣੀ ਸੰਗ੍ਰਹਿਾਂ ਦੇ ਵਿੱਚੋਂ
ਇਹਨਾਂ ਦੇ ਮੁੱਖ ਕਹਾਣੀ ਸੰਗ੍ਰਹਿ ਜਿਹੜੇ ਹੈਗੇ ਨੇ ਇਹ ਦੁੱਖ ਸੁੱਖ ਤੋਂ ਪਿੱਛੋਂ, ਡੇਢ ਆਦਮੀ, ਸਭ ਰੰਗ, ਨਰਕਾਂ ਦੇ ਦੇਵਤੇ, ਸਵਾਲ ਜਵਾਬ, ਮਨੁੱਖ ਤੇ ਪਸ਼ੂ, ਇਹ ਸਾਰੇ ਕਹਾਣੀ ਸੰਗ੍ਰਹਿ ਨੇ ਇਹਨਾਂ ਦੇ। ਔਰ ਇੱਕ ਤੋਂ ਇੱਕ ਜਿਹੜੀਆਂ ਹੈਗੀਆਂ ਨੇ ਕਹਾਣੀਆਂ ਇਹਨਾਂ ਦੀਆਂ ਬਹੁਤ ਹੀ ਬਾਕਮਾਲ ਕਹਾਣੀਆਂ। ਤੁਸੀਂ ਕਿਸੇ ਵੀ ਕਲਾਸ 'ਚ ਰਾਜੇ ਇਹਨਾਂ ਦੀ ਕਹਾਣੀ ਕੋਈ ਪੜ੍ਹੀ ਹੋਊਗੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੈਸੇ ਜਿਹੜੀਆਂ ਹੈਗੀਆਂ ਨੇ 9ਵੀਂ 10ਵੀਂ ਦੇ ਵਿੱਚ ਸਾਹਿਤ ਮਾਲਾ ਦੇ ਵਿੱਚ ਇੱਕ ਦੋ ਕਹਾਣੀਆਂ ਆਪਾਂ ਇੱਥੇ ਜ਼ਿਕਰ ਕਰਾਂਗੇ। ਕਲੰਗੀ ਦੀਆਂ ਅਣੀਆਂ, ਅਣੀਆਂ ਸ਼ਹਿਰ ਤੇ ਗ੍ਰਾਂ, ਇਹਨਾਂ ਦੇ ਲਈ ਇਹਨਾਂ ਨੂੰ ਬੈਸਟ ਕਹਾਣੀਕਾਰ ਦਾ ਅਵਾਰਡ ਵੀ ਮਿਲਿਆ ਸੀ। 7 ਸੁਰਾਂ, ਨਵਾਂ ਰੰਗ, ਪੱਤਣ ਤੇ ਸਰਾਂ, ਪੂਰਤੀ, ਇਹਨਾਂ ਜਿਹੜੀ ਕਹਾਣੀ ਸੰਗ੍ਰਹਿਾਂ ਦੇ ਵਿੱਚੋਂ ਨੇ, ਇਹਨਾਂ 'ਚੋਂ ਕਾਫੀ ਕਹਾਣੀਆਂ ਪ੍ਰਸਿੱਧ ਵੀ ਹੋਈਆਂ ਨੇ। ਪ੍ਰਸਿੱਧ ਕਹਾਣੀਆਂ ਵਿੱਚ ਰਾਸਲੀਲਾ, ਪ੍ਰਾਹੁਣਾ, ਕੁਲਫੀ, ਪਾਸੇ ਦਾ ਸੋਨਾ, ਬਾਗਾਂ ਦਾ ਰਾਖਾ, ਪਠਾਨ ਦੀ ਧੀ, ਰਜਾਈ, ਇਹ ਸਾਰੀਆਂ ਹੀ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਇਹ ਫੇਮਸ ਕਹਾਣੀਆਂ ਨੇ। ਠੀਕ ਹੈ, ਪਠਾਨ ਦੀ ਧੀ। ਅਗਲਾ ਹੈ ਗਲਤੀ, ਸਾਂਝ, ਕਾਰਜ, ਸਿਆਹੀ, ਇੱਕ ਫੇਰੀ, ਖੂਨ। ਔਰ ਸਾਂਝ ਕਹਾਣੀ ਵੀ ਤੁਸੀਂ ਇਹਨਾਂ ਦੀ ਪੜ੍ਹੀ ਹੋਊਗੀ +2 ਦੀ ਬੁੱਕ ਦੇ ਵਿੱਚ, ਲਾਜ਼ਮੀ ਪੰਜਾਬੀ ਦੇ ਵਿੱਚ। ਉਸ ਤੋਂ ਬਾਅਦ ਇੱਕ ਹੋਰ ਤੁਸੀਂ ਐਡ ਆਨ ਕਰ ਸਕਦੇ ਹੋ, ਕਲਮ ਜਾਗ ਪਈ। ਕਲਮ ਜਾਗ ਪਈ ਇਹ ਜਿਹੜੀ ਕਹਾਣੀ ਹੈ, ਜਦੋਂ ਅਸੀਂ ਸੀਗੇ 9th 10th ਦੇ ਵਿੱਚ ਉਦੋਂ ਇਹ ਕਹਾਣੀ ਸੀਗੀ ਇਹਨਾਂ ਦੀ, ਪ੍ਰਿੰਸੀਪਲ ਸੁਜਾਨ ਸਿੰਘ ਦੀ। ਠੀਕ ਹੈ, ਕਲਮ ਜਾਗ ਪਈ ਤੇ ਸਾਂਝ ਕਹਾਣੀ ਲਾਜ਼ਮੀ ਪੰਜਾਬੀ ਦੇ ਵਿੱਚ ਤੁਸੀਂ ਪੜ੍ਹੀ ਹੋਊਗੀ। ਕਲਮ ਸਿਆਹੀ ਤੇ ਸਾਹਿਤ ਦੇ ਵਿੱਚ ਦੀ ਮਹੱਤਤਾ ਦੱਸਣ ਵਾਲੀ ਕਲਮ, ਇਹਨਾਂ ਦੇ ਕਹਿੰਦੇ ਜਦੋਂ ਸਟਾਰਟਿੰਗ ਵਿੱਚ ਦੇਖਦੇ ਹਾਂ, ਨਾਨਾ ਜੀ ਜਿਹੜੇ ਸੀਗੇ ਆਪ ਤਾਂ ਅਨਪੜ੍ਹ ਸੀਗੇ, ਪਰ ਸੁਜਾਨ ਸਿੰਘ ਨੂੰ ਪੜ੍ਹਨ ਦੇ ਲਈ ਨਵੀਆਂ ਨਵੀਆਂ ਧਾਰਮਿਕ ਪੁਸਤਕਾਂ ਲਿਆ ਕੇ ਦਿੰਦੇ ਹੁੰਦੇ ਸੀਗੇ। ਬਚਪਨ ਵਿੱਚ ਪੜ੍ਹੀਆਂ ਗਈਆਂ ਕਿਤਾਬਾਂ ਵਿਚਲੀ ਸਾਹਿਤਿਕ ਤੇ ਸੰਗੀਤਕ ਤੇ ਰੋਮਾਂਸਵਾਦੀ ਤੇ ਬੰਗਾਲੀ ਜਨ ਜੀਵਨ ਦਾ ਵੀ ਉਹਨਾਂ ਦੇ ਪ੍ਰਭਾਵ ਪਿਆ ਤੇ ਇਹ ਕਹਾਣੀਕਾਰ ਬਣ ਗਏ। ਠੀਕ ਹੈ, ਕਿਉਂਕਿ ਬੰਗਾਲ ਦੇ ਵਿੱਚ ਜਿਹੜਾ ਹੈਗਾ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਸਾਹਿਤ ਕਾਫੀ ਪ੍ਰਮੋਟ ਹੈ, ਬਹੁਤ ਸਾਰੇ ਕਵੀ ਸਾਹਿਤਕਾਰ ਹੋਏ ਨੇ। ਕਹਾਣੀ ਸੰਗ੍ਰਹਿ ਅਮਰ ਗੁਰ ਰੇਸ਼ਮਾ, ਇਹਨਾਂ ਨੇ ਜਿਹੜੀਆਂ ਹੈਗੀਆਂ ਨੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਵੀ ਰਚਨਾਵਾਂ ਲਿਖੀਆਂ ਨੇ। ਇਹਨਾਂ ਦੇ ਵਿੱਚੋਂ ਹੈ ਅਮਰ ਗੁਰ ਰੇਸ਼ਮਾ, ਗੁਰੂ ਸਾਹਿਬ ਦੇ ਸੰਬੰਧਿਤ ਨਾਲ ਆਧਾਰਿਤ ਨੇ। ਉਹ ਹੈਗੀਆਂ ਕਲਾ ਸਮਾਜ ਲਈ ਸਿਧਾਂਤ ਦੇ ਧਾਰਨੀ ਰਹੇ ਹਨ। ਸਭ ਰੰਗ ਕਹਾਣੀ ਸੰਗ੍ਰਹਿ ਦੀਆਂ ਕੁਝ ਕਹਾਣੀਆਂ, ਲੁਕੜ ਮਿੱਟੀ, ਭੁਲੇਖਾ, ਸਵਰਗ ਦੀ ਝਲਕ, ਰਾਮਲੀਲਾ, ਇਹ ਸਭ ਰੰਗ ਕਹਾਣੀ ਸੰਗ੍ਰਹਿ ਦੀ ਜਿਹੜੀ ਕਿਤਾਬ ਹੈ ਨਾ ਉਹਦੇ ਵਿਚਲੀਆਂ ਕਹਾਣੀਆਂ ਨੇ ਕੁਛ। ਦੂਜਾ ਵਿਆਹ, ਆਤਮਾ ਦੀ ਸ਼ਾਂਤੀ, ਬਾਗਾਂ ਦਾ ਰਾਖਾ, ਕੁਲਫੀ, ਪ੍ਰਾਹੁਣਾ, ਇਹ ਸਾਰੀਆਂ ਸਭ ਰੰਗ ਦੀਆਂ ਜਿਹੜੀਆਂ ਹੈਗੀਆਂ ਨੇ ਕਹਾਣੀਆਂ ਨੇ। ਅਗਲਾ ਦੇਖਦੇ ਹਾਂ ਪੂਰਤੀ। ਪੂਰਤੀ ਕਹਾਣੀ ਦਾ ਜਿਹੜਾ ਹੈਗਾ, ਇਹਦੀਆਂ ਕਹਾਣੀਆਂ ਪੂਰਤੀ ਕਹਾਣੀ ਦੀਆਂ, ਇਹਦੇ ਵਿੱਚ ਲਿਖ ਲਓ ਇਨਸਾਫ ਦੀ ਸਜ਼ਾ, ਮਾਸੀ ਭਾਣਜੀ, ਉਹ ਕੋਟ, ਦੋ ਕਹਾਣੀਆਂ, ਕਿਸ ਦਾ ਕਸੂਰ। ਅਗਲਾ ਹੈ ਗੁਰਮੁਖ ਸਿੰਘ, ਪਾਗਲ, ਕੁੱਲ ਸੁਸਤ, ਗੁਰਪੁਰਬ, ਭਰਾਵਾਂ ਦਾ ਕਤਲ, ਕਾਤਲ ਦੀ ਪਛਾਣ। ਅਗਲੀ ਜਿਹੜੀ ਹੈਗੀ ਆ ਕਲੰਗੀ ਦੀਆਂ ਅਣੀਆਂ, ਇਹ ਕਹਾਣੀ ਸੰਗ੍ਰਹਿ ਦੇ ਵਿੱਚ ਕੁਝ ਕਹਾਣੀਆਂ ਦੇ ਨਾਮ ਨੇ। ਪਿਤਾ ਤੇ ਪੁੱਤਰ, ਸਕਤਾ ਸੀ ਮਾਰੇ ਪੈ ਵਗੇ,
ਸਿਰਜਣਾ। ਵਰਸ਼ਾ ਬੋਲਿਆ, ਮਹੰਤ ਜੀ ਦੀ ਕਥਾ, ਤੂੰ ਪਰਬਤ ਮੇਰਾ ਓਲਾ, ਤੂੰ ਪਰਬਤ ਮੇਰਾ ਓਲਾ। ਇਹ ਹੈਗੀਆਂ ਨੇ ਕਹਾਣੀਆਂ ਕਲਗੀ ਦੀਆਂ ਆਣੀਆਂ ਦੇ ਵਿੱਚੋਂ। ਨਿਸ਼ਾਨੇ, ਕਰਾਮਾਤ, ਖੋਟਾ, ਸਿੱਖਾਂ, ਸਮੱਸਿਆ ਦਾ ਹੱਲ, ਥਾਪੜਾ। ਸੋ ਇਹਨਾਂ ਨੂੰ ਤੁਸੀਂ ਕਰਨਾ ਕੀ ਹੈ ਰਾਜੇ, ਇਹ ਜਿਹੜੀਆਂ ਕਹਾਣੀਆਂ ਨੇ ਸਿਰਫ ਔਰ ਸਿਰਫ ਇੱਕ ਵਾਰੀ ਤੁਸੀਂ ਰੀਡ ਹੀ ਕਰਨੀਆਂ ਹੁੰਦੀਆਂ ਨੇ। ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਰਟਣ ਵਾਲੀ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਜਦੋਂ ਆਪਾਂ ਇਹਨਾਂ ਦੀ ਕਲਾਸ ਦੇ ਵਿੱਚ ਰਿਵੀਜ਼ਨ ਕਰਦੇ ਹਾਂ ਨਾ, ਤਾਂ ਸਹਿਜੇ ਹੀ ਨਾਮ ਆ ਜਾਂਦੇ ਹੁੰਦੇ ਨੇ ਆਪਾਂ ਨੂੰ ਮਾਇੰਡ ਦੇ ਵਿੱਚ। ਸੋ ਤੁਸੀਂ ਫੋਕਸ ਕਿਹਨਾਂ ਤੇ ਕਰਨਾ ਹੁੰਦਾ, ਇੱਕ ਤਾਂ ਤੁਸੀਂ ਇਹਨਾਂ ਦੀ ਫਰਸਟ ਡੇਟ, ਬਰਥ ਡੇਟ ਔਰ ਲਾਸਟ ਡੇਟ, ਔਰ ਨਾਲ ਹੀ ਜਿਹੜਾ ਹੈਗੇ ਨੇ ਕਿਸੇ ਨਾ ਕਿਸੇ, ਅਗਰ ਇਹਨਾਂ ਨੂੰ ਅਵਾਰਡ ਮਿਲਿਆ ਤਾਂ ਉਹ, ਅਗਰ ਇਹਨਾਂ ਦੀ ਕੋਈ ਜੀਵਨੀ ਆਟੋਬਾਇਓਗ੍ਰਾਫੀ ਲਿਖੀ ਹੋਈ ਹੈ, ਜਾਂ ਇਹਨਾਂ ਨੇ ਕੋਈ ਸਫ਼ਰਨਾਮਾ ਲਿਖਿਆ, ਮੀਨਸ ਅਲੱਗ ਜਿਹੜਾ ਹੁੰਦਾ ਕੋਈ ਸੈਪਰੇਟ ਨਿਕਲ ਕੇ ਆਉਂਦਾ ਸਵਾਲ, ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਿਆ ਕਰੋ। ਅਮਰ ਗੁਰ ਰੇਸ਼ਮਾ ਜਿਹੜੀਆਂ ਹੈਗੀਆਂ ਨੇ, ਇਹ ਕਹਾਣੀ ਸੰਗ੍ਰਹਿ ਦੇ ਵਿੱਚ ਵਾਪਸੀ ਤੇ ਬਿਸਵਸੇ, ਤੀਰਥ ਯਾਤਰਾ, ਪ੍ਰੇਮ ਤੇ ਪ੍ਰਾਪਤੀ, ਆਗਿਆ ਤੇ ਗੁਰਮਤਾ, ਸੇਵਾ ਦਾ ਅਵਸਰ। ਗੁਰਮੁਖ ਦਾ ਮੇਲਾ, ਸੇਵਾ ਦੀ ਮਹਾਨਤਾ, ਪਵਿੱਤ ਪਾਵਨ, ਬੀਬੀ ਭਾਨੀ ਜੀ ਦੀ ਮੰਗ, ਲੋਹ ਲੱਗ ਗਈ, ਕਾਲ ਤੋਂ ਬਖਸ਼ਿਸ਼, ਭਾਣੇ ਦੀ ਕਰਾਮਾਤ। ਧੀਰ ਧੁਰੰਧਰ, ਪਛਤਾਵਾ, ਤਮਾ ਖਰਾਬ, ਜੋਤੀ ਜੋਤ ਮਿਲੀ, ਵੱਡੇ ਕੀਆਂ ਵਡਿਆਈਆਂ। ਵੱਡੇ ਕੀਆਂ ਵਡਿਆਈਆਂ ਜਿਹੜੀਆਂ ਹੈਗੀਆਂ ਨੇ, ਇਹ ਗੁਰੂ ਨਾਨਕ ਦੇਵ ਜੀ ਦੀਆਂ ਨੇ। ਅਮਰ ਗੁਰ ਰੇਸ਼ਮਾ ਜਿਹੜਾ ਹੈਗਾ, ਇਹ ਗੁਰੂ ਅਮਰਦਾਸ ਜੀ ਨਾਲ ਨੂੰ ਸਮਰਪਿਤ ਕਰਕੇ ਲਿਖੀ ਗਈ ਹੈ। ਲੇਖ ਵੀ ਲਿਖੇ ਨੇ ਇਹਨਾਂ ਨੇ ਕੁਛ, ਠੀਕ ਹੈ। ਪਹਿਲਾਂ ਇਹਨਾਂ ਦੇ ਜਿਹੜੇ ਵੀ ਆਪਾਂ ਪੜ੍ਹੇ ਨੇ ਉਹ ਕਹਾਣੀਆਂ ਸੀਗੀਆਂ, ਕਹਾਣੀ ਸੰਗ੍ਰਹਿ ਸੀ। ਕੁਛ ਇਹਨਾਂ ਦੇ ਲੇਖ ਵੀ ਆਏ ਨੇ, ਉਹ ਲੇਖ ਦੇ ਵਿੱਚੋਂ ਸੋਟੀ, ਜੰਮੂ ਜੀ ਤੁਸੀਂ ਬੜੇ ਰਾਹ, ਬੇਰੀਆਂ, ਮੋਤੀ, ਠੀਕ ਹੈ। ਇਹਨਾਂ ਦੀ ਜਿਹੜੀ ਡੈਥ ਹੈ ਉਹ ਰਾਜੇ ਹੋਈ ਹੈ 21 ਅਪ੍ਰੈਲ 1993 ਨੂੰ। 83 ਸਾਲ ਦੀ ਉਮਰ ਸੀਗੀ ਇਹਨਾਂ ਦੀ ਜਦੋਂ ਇਹਨਾਂ ਦੀ ਜਿਹੜੀ ਹੈਗੀ ਹੈ ਡੈਥ ਹੋਈ ਆ। ਵਿਆਹ ਜਿਹੜਾ ਸੀਗਾ ਜੋਗਿੰਦਰ ਕੌਰ ਨਾਲ ਹੋਇਆ ਸੀਗਾ। ਸੰਤਾਨ ਇਹਨਾਂ ਦੇ 2 ਬੇਟੇ 5 ਬੇਟੀਆਂ। ਪਹਿਲਾ ਨਿਬੰਧ ਜਿਹੜਾ ਹੈਗਾ ਇਹਨਾਂ ਦਾ ਨਿਬੰਧ ਆਇਆ ਉਹ ਸੀਗਾ ਤਣੀਆਂ ਵਾਲਾ ਵਾਜਾ, ਠੀਕ ਹੈ। ਮਾਸਿਕ ਪੱਤਰ ਲਿਖਾਰੀ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਇਹ। ਤੇ ਇਹ ਜਿਹੜਾ ਹੈਗਾ ਇਹਨਾਂ ਦਾ ਪਹਿਲਾ ਨਿਬੰਧ ਹੈ। ਸੋ ਇਹ ਸੀਗੇ ਅੱਜ ਦੇ ਆਪਣੇ ਰਾਈਟਰ ਜਿਹੜੇ ਕਿ ਆਪਾਂ ਨੇ ਕੀਤੇ ਨੇ। ਅਗਰ ਤੁਸੀਂ ਇਹ ਕਲਾਸ ਨੂੰ ਕੰਪਲੀਟ, ਹੋਰ ਤੁਸੀਂ ਦੂਸਰੇ ਰਾਈਟਰ ਦੀ ਕਲਾਸ ਅਟੈਂਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਿਹੜੀ ਹੈਗੀ ਆ ਐਪ ਤੇ ਨੂੰ ਜੁਆਇਨ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਕੰਟੀਨਿਊ ਕਲਾਸਿਸ ਚੱਲਣਗੀਆਂ, ਜਿਹਦੇ ਵਿੱਚ ਆਪਾਂ ਨੈਕਸਟ ਪੋਇਟ, ਨੈਕਸਟ ਜਿਹੜੇ ਕਹਾਣੀਕਾਰ ਨੇ ਉਹਨਾਂ ਨੂੰ ਲੈ ਕੇ ਆਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਅੱਜ ਦੀ ਕਲਾਸ ਲਈ ਇੰਨਾ ਹੀ। ਇੱਕ ਵਾਰੀ ਫਿਰ ਤੁਸੀਂ ਜਿਹੜਾ ਹੈਗਾ, ਚਾਹੇ ਤਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਲਿਖਣਾ, ਕਿਉਂਕਿ ਬਹੁਤ ਕੋਈ ਵੱਡਾ ਇਹਨਾਂ ਦਾ ਲਾਈਫ ਦੇ ਵਿੱਚ ਪੜ੍ਹ ਲਿਖਣ ਨੂੰ ਇੰਨਾ ਕੁਛ ਨਹੀਂ ਹੁੰਦਾ ਰਾਜੇ, ਕਿਉਂਕਿ ਇਹ ਜਿਹੜੀਆਂ ਹੈਗੀਆਂ ਨੇ ਸਿੰਪਲ ਸਮਝਣ ਵਾਲੀਆਂ, ਜਿਹੜੀਆਂ ਥੋੜੀਆਂ ਜਿਹੀਆਂ ਧਿਆਨ ਦੇਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਜਦੋਂ ਤੁਸੀਂ ਰਿਵਾਈਜ਼ ਕਰਦੇ ਹੋ ਤਾਂ ਫਿਰ ਇਹ ਸਹਿਜੇ ਹੀ ਆ ਜਾਂਦੀਆਂ ਨੇ, ਠੀਕ ਹੈ। ਬਰਥ ਕਦੋਂ ਹੋਇਆ ਸੀਗਾ ਇਹਨਾਂ ਦਾ, ਕਿਹੜੇ ਇਲਾਕੇ ਨੂੰ ਬਿਲੋਂਗ ਕਰਦੇ ਸੀਗੇ, ਇਹ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਗੱਲ ਕਰਦੇ ਹਾਂ ਆਪਾਂ। 1993 ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਆ ਡੈਥ ਹੁੰਦੀ ਹੈ। 1909 ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਜਨਮ ਹੁੰਦਾ, ਗੁਰਦਾਸਪੁਰ ਨੂੰ ਬਿਲੋਂਗ ਕਰਦੇ ਨੇ। ਔਰ ਫਰਸਟ ਜਿਹੜਾ ਟਾਈਮ ਇਹਨਾਂ ਦਾ ਬੀਤਿਆ ਸੀਗਾ ਉਹ ਕਲਕੱਤੇ ਦੇ ਵਿੱਚ ਵੀ ਬੀਤਿਆ ਸੀ, ਕਿਉਂਕਿ ਨਾਨਾ ਜੀ ਜਿਹੜੇ ਸੀਗੇ ਉਹ ਲੈ ਗਏ ਸੀਗੇ ਇਹਨਾਂ ਨੂੰ।
ਇਸ ਕਰਕੇ ਬੰਗਾਲ ਦਾ ਜਿਹੜੀ ਸਾਹਿਤ ਆ ਜਾਂ ਬੰਗਾਲੀ ਲੈਂਗੁਏਜ ਦਾ ਪ੍ਰਭਾਵ ਵੀ ਥੋੜਾ ਬਹੁਤ ਪੋਇਟ ਦੇ ਬਚਪਨ ਦੇ ਵੀ ਪਿਆ, ਤੇ ਇਹ ਵੀ ਆਪਾਂ ਕਹਿ ਸਕਦੇ ਹਾਂ। ਸੋ ਅੱਜ ਦੀ ਕਲਾਸ ਕਿੱਦਾਂ ਲੱਗੀ? ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਔਰ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਇਸ ਤੋਂ ਬਾਅਦ ਆਪਣੇ ਅਗਲੇ ਪੋਇਟ ਨੇ ਜਿਹੜੇ ਉਹ ਆਪਾਂ ਜਿਹੜੇ ਹੈਗੇ ਨੇ ਬੈਚ ਦੇ ਵਿੱਚ ਐਪ ਦੇ ਵਿੱਚ ਲਗਾਵਾਂਗੇ ਜੀ। ਸੋ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਕਰਨਾ ਕੀ ਹੈ, ਸਕਰੀਨ ਤੇ ਨੰਬਰ ਦਿਖਾਈ ਦੇ ਰਹੇ ਨੇ, ਉਹਨਾਂ ਤੇ ਤੁਸੀਂ ਕੰਟੈਕਟ ਕਰਕੇ ਆਪਣੀ ਕੋਈ ਵੀ ਕੁਐਰੀ ਹੈ, ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਤੋ ਆਪਣੀਆਂ ਕਲਾਸਿਸ ਜਿਹੜੀਆਂ ਹੈਗੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਹੈਗੀਆਂ ਚੱਲਦੀਆਂ ਨੇ। ਆਪਣੇ ਆਪਣੇ ਸਬਜੈਕਟ ਦੇ ਅਕੋਰਡਿੰਗ ਤੁਸੀਂ ਜਿਹੜੀ ਹੈਗੀ ਹੈ ਤਿਆਰੀ ਕਰ ਸਕਦੇ ਹੋ। ਸੋ ਅੱਜ ਦੀ ਕਲਾਸ ਲਈ ਥੈਂਕ ਯੂ ਵੈਰੀ ਮੱਚ।